ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਘਰ ਘਰ ਨੌਕਰੀ ਦੇਣ ਦੀ ਮੁਹਿੰਮ ਤਹਿਤ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 100 ਦੇ ਲਗਭਗ ਕੰਪਨੀਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਬੋਲਦਿਆਂ ਡੀਸੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਕਿਹਾ, ਇਸ ਤਰ੍ਹਾਂ ਜੀ ਕਿ ਅੱਜ ਅੰਮ੍ਰਿਤਸਰ ਔਰ ਤਰਨ ਤਾਰਨ ਜ਼ਿਲ੍ਹੇ ਦੇ ਜਿਹੜੇ ਤਕਰੀਬਨ 1100 ਬੱਚੇ ਇੱਥੇ ਆਏ ਹੈਗੇ ਆ, ਇਹਨਾਂ ਨੂੰ ਜੋਬਸ ਦੇਣ ਵਾਸਤੇ ਤਕਰੀਬਨ 100 ਕੰਪਨੀਜ਼ ਬਾਹਰੋਂ ਦਿੱਲੀ ਤੱਕ ਤੋਂ ਬਾਹਰਲੇ ਸ਼ਹਿਰਾਂ ਤੋਂ ਇੱਥੋਂ ਲੋਕਲ ਸਾਰੀਆਂ ਆਏ ਹੋਏ ਆ ਔਰ ਉਹ ਜੋਬਸ ਲੈ ਕੇ ਆਏ ਆ, ਇਹਨਾਂ ਨੂੰ ਨੌਕਰੀਆਂ ਦੇਣ ਵਾਸਤੇ ਆਏ ਆ ਔਰ ਬੱਚਿਆਂ 'ਚ ਬੜਾ ਉਤਸ਼ਾਹ ਹੈਗਾ ਔਰ ਮੈਂ ਸਮਝਦਾ ਕਿ ਬੜਾ ਇੱਕ ਅੱਛਾ ਉਪਰਾਲਾ ਹੈ ਕਿ 10+2 ਵਾਲੇ ਬੱਚੇ ਜਿਹੜੇ ਸਿਰਫ ਸਕੂਲ 'ਚੋਂ ਨਿਕਲੇ ਹੀ ਆ ਹਾਲੇ ਔਰ ਉਹਨਾਂ ਲਈ ਵੀ ਇੱਥੇ ਜੋਬਸ ਅੱਜ ਆ ਗਏ ਆ, ਬੜੀਆਂ ਅੱਛੀਆਂ ਤਕਰੀਬਨ ਪੈਕੇਜਸ ਇਹਨਾਂ ਨੂੰ ਮਿਲਣ ਵਾਲੇ ਹੈਗੇ ਆ। ਮੈਂ ਇਹਨਾਂ ਨੂੰ ਸਾਰਿਆਂ ਨੂੰ ਜਿਹਨਾਂ ਨੂੰ ਅੱਜ ਜੋਬਸ ਮਿਲਣੇ ਉਹਨਾਂ ਨੂੰ ਵਧਾਈ ਦਿੰਦਾ ਜੀ ਔਰ ਦੂਸਰੇ ਬੱਚਿਆਂ ਨੂੰ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਇਹਨਾਂ ਤੋਂ ਪ੍ਰੇਰਿਤ ਹੋ ਕੇ ਅੱਛੀ ਪੜ੍ਹਾਈ ਕਰਨ, ਅੱਛੀ ਮਿਹਨਤ ਕਰਨ ਤਾਂ ਕਿ ਤਰੱਕੀ ਕਰ ਸਕਣ, ਆਪਣੇ ਪੇਰੈਂਟਸ ਦਾ, ਆਪਣੇ ਟੀਚਰਸ ਦਾ, ਸਕੂਲ ਦਾ, ਇਲਾਕੇ ਦਾ, ਸਟੇਟ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰਨ। ਸਰ, ਲੋਕਲ ਕੰਪਨੀਆਂ ਵੀ ਹੈਗੀਆਂ ਕੋਈ ਇੱਥੋਂ ਦੀ? ਹਾਂਜੀ ਹਾਂਜੀ। ਮਿਨੀਮਮ ਕੰਪਨੀ ਕੋਲ ਮਤਲਬ ਕਿੰਨੀ ਕੁ ਬੱਚਿਆਂ ਵਾਸਤੇ ਰਿਕੁਆਇਰਮੈਂਟ ਹੈਗੀ ਹੈ? ਨਹੀਂ, ਮਿਨੀਮਮ ਇਸ ਤਰ੍ਹਾਂ ਨਹੀਂ ਜੀ, ਦੇਖੋ ਜੇ ਕੰਪਨੀਜ਼ ਦੇ ਇਸ ਤਰ੍ਹਾਂ ਹੁੰਦਾ ਕਿ ਜੇ ਮੇਰੇ ਕੋਲ ਅੱਜ ਮੈਂ ਕੰਪਨੀ ਦਾ ਰਿਪ੍ਰੈਜੈਂਟੇਟਿਵ ਹਾਂ, ਮੇਰੇ ਕੋਲ ਸਿਰਫ 4 ਜੋਬਸ ਹੈ, ਠੀਕ ਹੈ ਜੀ, ਅੱਜ ਦੀ ਡੇਟ ਦੇ ਵਿੱਚ, ਲੇਕਿਨ ਜੇ ਮੈਨੂੰ ਇੱਥੇ ਬੜਾ ਅੱਛਾ ਪੋਟੈਂਸ਼ੀਅਲ ਨਜ਼ਰ ਆਉਂਦਾ ਤਾਂ ਮੈਂ 4 ਦੀ ਬਜਾਏ 10 ਬੰਦੇ ਸਿਲੈਕਟ ਕਰਕੇ ਲਜਾਊਂਗਾ, ਕਿਉਂਕਿ ਮੈਂ ਇੱਕ ਵੇਟਿੰਗ ਲਿਸਟ ਵੀ ਰੱਖੂੰਗਾ। ਕਿਉਂਕਿ ਦੇਖੋ ਜਿਹੜੀਆਂ ਇਹ ਕੰਪਨੀਜ਼ ਹੁੰਦੀਆਂ, ਜਿਹੜੇ ਬੱਚੇ ਆ ਜਿਹੜਾ ਅੱਜ 12ਵੀਂ ਕਰਕੇ ਇੱਕ ਜੋਬ ਲੈ ਰਿਹਾ, ਅੱਜ 10,000 ਰੁਪਏ 'ਤੇ ਸਿਰਫ ਜੋਬ ਲੈ ਰਿਹਾ ਉਹ ਜਾਂ 15,000 'ਚ ਲੈ ਰਿਹਾ, ਉਹਦੇ 'ਚ ਇੱਕ ਜਜ਼ਬਾ ਹੈ ਤਰੱਕੀ ਕਰਨ ਦਾ, ਉਹ ਮੇਰੇ ਹਿਸਾਬ ਨਾਲ ਕਈ ਇਹਨਾਂ ਦੇ ਵਿੱਚੋਂ ਨਾਲ ਨਾਲ ਪੜ੍ਹਾਈ ਕਰਕੇ ਆਪਣਾ ਹੋਰ ਸਕਿੱਲਸ ਇੰਪਰੂਵ ਵੀ ਕਰਨਗੇ ਔਰ ਕੱਲ੍ਹ ਨੂੰ ਅੱਗੇ ਉਹ ਹੋਰ ਬੈਟਰ ਜੋਬਸ ਲਈ ਵੀ ਜਾਣਗੇ। ਤਾਂ ਇਹ ਇੱਕ ਰੈਗੂਲਰ ਪ੍ਰੋਸੈਸ ਹੁੰਦਾ, ਜੇ ਉਹ ਬੈਟਰ ਜੋਬਸ ਲਈ ਜਾਂਦੇ ਆ ਉਹ ਹੋਰ ਖਾਲੀ ਹੋਈ ਜਾਂਦੀਆਂ, ਤਾਂ ਜਿਹੜੀ ਮੈਂ ਵੇਟਿੰਗ ਲਿਸਟ ਬਣਾਊਂਗਾ ਮੈਂ ਨਾਲ ਦੀ ਨਾਲ ਉਹਨਾਂ ਨੂੰ ਜੋਬਸ ਦਿੰਦਾ ਰਹੂੰਗਾ। ਕਿਉਂਕਿ ਇਹ ਕੋਈ ਕੰਪਨੀ ਇਹ ਨਹੀਂ ਚਾਹੁੰਦੀ ਕਿ ਮੇਰੇ ਕੰਪਨੀ ਦੇ ਵਿੱਚ ਅੱਜ ਇੱਕ ਬੰਦਾ ਛੱਡ ਗਿਆ ਅਤੇ ਉਹ ਦੂਜਾ ਰੱਖਣ ਵਾਸਤੇ ਮੈਨੂੰ ਮਹੀਨਾ ਲੱਗੇ ਜਾਂ 2 ਮਹੀਨੇ ਲੱਗਣ, ਮੈਂ ਆਪਣਾ ਕੰਮ ਨਹੀਂ ਸਟੋਪ ਕਰਨਾ ਚਾਹੁੰਦਾ। ਸੋ ਇਟਸ ਅ ਕੰਟੀਨਿਊਸ ਪ੍ਰੋਸੈਸ। ਪਲੱਸ 2 ਵਾਲਾ ਬੱਚਾ ਕਿੰਨੀ ਕੁ ਸੈਲਰੀ ਮਤਲਬ ਕਿ ਉਹਨੂੰ ਦਿੱਤੀ ਜਾਏਗੀ ਜਿਹੜਾ ਪਲੱਸ 2 ਪੜ੍ਹਿਆ? ਡਿਪੈਂਡ ਕਰਦਾ ਜੀ, ਤਕਰੀਬਨ ਮਿਨੀਮਮ ਅੱਜ ਜਿਹੜੀ ਹੈਗੀ ਆ ਜੀ ਉਹ 8,500 ਤੋਂ 15,000 ਦੀ ਰੇਂਜ ਹੈਗੀ ਹੈ, ਵੱਧ ਵੀ ਹੋ ਸਕਦੀ ਹੈ ਅਤੇ ਮਤਲਬ ਇਹ ਨਹੀਂ ਤਾਂ ਨੋਰਮਲੀ ਇਸ ਰੇਂਜ ਦੇ ਵਿੱਚ ਹੋਏਗੀ।